ਜੈਲੀ ਦੇ ਵਿੱਚ ਵੜਨ ਨਹੀਂ ਦੇਣੀ ਜੀ ਸੀ ਬੀ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਸਾਰੇ ਕਦ ਵਾਤੇ ਬਣੀਆਂ ਜੀ ਸੀ ਬੀ ਆ ਇਹ ਕੋਈ ਕੋਠੇ ਦੇ ਚੜਾਉਣ ਵਾਸਤੇ ਥੋੜੀ ਬਣੀਆਂ ਸਾਰੇ ਜੀ ਸੀ ਬੀ ਇੰਨੇ ਅਸੀਂ ਪੈਸੇ ਦੇ ਕੇ ਇੰਨੇ ਕਿਸ਼ਤਾਂ ਦੇ ਰਹੇ ਆ ਸਰ ਉਹਦੇ ਵਾਸਤੇ ਜੀ ਸੀ ਬੀ ਬਣੀਆਂ ਅਸੀਂ ਮੈਨੇਕੋ ਭਾਗ ਵਾਲਿਆਂ ਕੋ ਗਏ ਉਹਨਾਂ ਨੇ ਕਿਹਾ ਵੀ 6 ਇੰਚ ਵੀ ਜੀ ਸੀ ਬੀ ਮਿੱਟੀ ਨਹੀਂ ਪੁੱਟ ਸਕਦੀ ਸਾਰੇ ਸਰ ਇਹ ਇਹ ਅਸੀਂ ਨਿਆ ਲੈਣਾ ਚਾਹੁੰਦੇ ਆ ਸਰਕਾਰ ਕੋਲੋਂ ਮਾਨ ਸਾਹਿਬ ਕੋਲੋਂ ਵੀ ਉਹਨਾਂ ਨੂੰ ਸਿੱਧੀ ਸਾਡੇ ਇਹ ਨਿਆ ਜਾਣਾ ਚਾਹੀਦਾ ਸਾਡੀ ਖਬਰ ਜਾਣੀ ਚਾਹੀਦੀ ਆ ਸਰ ਜਿਹੜੇ ਜੀਸੀਬੀ ਵਾਲੇ ਆ ਇਹ ਇਹਨਾਂ ਨੂੰ ਮਾਇਨੇ ਕੋ ਭਾਅ ਵਾਲਿਆਂ ਕੋ ਅਸੀਂ ਗਏ ਆ ਉਹਨਾਂ ਨੇ ਕਿਹਾ ਵੀ ਮਨਜ਼ੂਰੀ ਮਨਜ਼ੂਰੀ ਤੋਂ ਬਿਨਾ ਅਸੀਂ ਮਿੱਟੀ ਨਹੀਂ ਪੁੱਟਣ ਦੇਣੀ ਜੋ ਵੀ ਪੈਲੀ ਵਾਲੇ ਮਨਜ਼ੂਰੀ ਲੈਣ ਸਰਕਾਰੀ 120000 ਰੁਪਿਆ ਫੁੱਟ ਦਾ ਕਹਿੰਦੇ ਆ ਵੀ ਪੈਲੀ ਦੀ ਮਨਜ਼ੂਰੀ ਲਓ ਉਹ ਮਿੱਟੀ ਵਾਲੇ ਜਿਨ੍ਹਾਂ ਨੇ ਮਿੱਟੀ ਵੇਚਣੀ ਉਹ ਲੈਣ ਸਾਡੇ ਵੱਲੋਂ ਸਾਡੀ ਵੱਖਰੀ ਮਨਜ਼ੂਰੀ ਆ ਸਰ ਤਰਲੇ ਲੈ ਲੈ ਕੇ ਅੱਜ ਮਿੱਟੀ ਉਹਨਾਂ ਕੋਲ ਲੈ ਰਹੇ ਆ ਅਸੀਂ ਆਪਣਾ ਕਾਰੋਬਾਰ ਚਲਾਉਣ ਵਾਸਤੇ ਜਦੋਂ ਸਾਨੂੰ ਕੱਲ ਨੂੰ ਕੋਈ ਵੰਗਾਰ ਪਾਉਂਦੇ ਨੇ ਫਲਾਣੇ ਦਾ 10 ਟਰਾਲੀਆਂ ਲੈ ਕੇ ਜਾਓ ਜੀਸੀਬੀ ਉਹ ਫਲਾਣੇ ਦਾ ਫੇਰ ਉਹ ਸਾਬ ਉਹਨਾਂ ਦਾ ਆ ਕੰਮ ਵਾਲਾ ਉਦੋਂ ਦੱਸੋ ਜੀਸੀਬੀਆਂ ਇਹ ਕੰਮ ਨਹੀਂ ਕਰ ਸਕਦੀਆਂ ਉਦੋਂ ਕਿਉਂ ਜੀਸੀਬੀਆਂ ਕੰਮ ਕਰਦੀਆਂ ਨਹੀਂ ਸਰ ਅਸੀਂ ਅਸੀਂ ਬਹੁਤ ਤੰਗ ਹੋ ਗਏ ਅਸੀਂ ਆ ਮੁੱਦਾ ਉਠਾਇਆ ਸੀ ਔਕਾਏ ਹੋ ਗਏ ਬੈਠੇ ਹੋਏ ਆ ਅਸੀਂ ਮੁੜਦਾਬਾਦ 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 ਜੀਸੀਬੀ ਜਿੰਦਾਬਾਦ ਜੀਸੀਬੀ ਜਿੰਦਾਬਾਦ ਜੀਸੀਬੀ ਬਾਲਕ ਜਿੰਦਾਬਾਦ ਵਰਦਾਤ ਵਰਦਾਤ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਪੰਜਾਬ ਸਰਕਾਰ ਵੱਲੋਂ 2 ਮਹੀਨਿਆਂ ਦੌਰਾਨ ਵੱਡੇ ਫੈਸਲੇ ਲਏ ਗਏ ਨੇ ਇਹਨਾਂ ਫੈਸਲਾਂ ਵਿੱਚ ਮਾਈਨਿੰਗ ਵਿਭਾਗ ਨੂੰ ਲੈ ਕੇ ਜੋ ਕਿ ਮਾਈਨਿੰਗ ਹੁੰਦੀ ਹੈ ਉਸ ਨੂੰ ਲੈ ਕੇ ਵੱਡੇ ਫੈਸਲੇ ਕੀਤੇ ਨੇ ਮਿੱਟੀ ਜਿਹੜੀ ਖੇਤਾਂ ਦੇ ਵਿੱਚੋਂ ਪੁੱਟੀ ਜਾਂਦੀ ਸੀ ਉਸ ਨੂੰ ਲੈ ਕੇ ਸਰਕਾਰ ਨੇ ਇੱਕ ਵੱਡਾ ਤੇ ਸਖਤ ਫੈਸਲਾ ਲਿਆ ਜਿਸ ਤੋਂ ਬਾਅਦ ਜਿਸ ਵੀ ਮਾਲਕਾਂ ਵੱਲੋਂ ਤੇ ਟਰੈਕਟਰ ਟਰਾਲੀਆਂ ਦੇ ਮਾਲਕਾਂ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵੱਡੀ ਪੱਧਰ ਤੇ ਜੀਐਸਬੀ ਮਾਲਕ ਤੇ ਟਰੈਕਟਰ ਟਰਾਲੀ ਡਰਾਈਵਰ ਜਿਹੜੇ ਨੇ ਪਹੁੰਚੇ ਨੇ ਸਾਡੇ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਕੀ ਮਸਲਾ ਕੀ ਆ ਤੇ ਕਿਉਂ ਅੱਜ ਇੱਥੇ ਇਕੱਤਰ ਹੋਏ ਨੇ ਸਾਡੇ ਨਾਲ ਨੇ ਜੀਐਸਬੀ ਦੇ ਮਾਲਕ ਕੀ ਨਾ ਜੀ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਜਿਹੜਾ ਅੱਜ ਤੁਸੀਂ ਇਕੱਠ ਕੀਤਾ ਕੀ ਮਸਲਾ ਕੀ ਆ ਸਾਰਾ ਤੁਹਾਡਾ ਖੁੱਲ ਕੇ ਦੱਸੋ ਜੀ ਮਸਲਾ ਇਹ ਆ ਜੀ ਜਿਹੜਾ ਮਠੋਲੇ ਪਿੰਡ ਚ ਪਰਚਾ ਹੋਇਆ ਸੀਗਾ 22 ਤਰੀਕ ਨੂੰ ਉਹ ਮਾਈਨਿੰਗ ਡਿਪਾਰਟਮੈਂਟ ਨੇ ਬਿਨਾ ਸੋਚੇ ਸਮਝੇ ਜਾਂ ਕਿਸੇ ਗਲਤ ਆਨਸਰ ਦੇ ਵੀਡੀਓ ਪਾਉਣ ਤੋਂ ਬਾਅਦ ਵਿੱਚ ਉਹ ਮੈਨਿੰਗ ਵਿਭਾਗ ਨੇ ਆ ਕੇ ਕਰ ਦਿੱਤਾ ਸੀ ਪਰ ਉਹਨਾਂ ਨੇ ਵੀ ਸ਼ਿਵਾਸ ਦਿਵਾਇਆ ਸੀ ਕਿ ਆਪਾਂ 26 ਤਰੀਕ ਨੂੰ ਇਹ ਪਰਚਾ ਕੈਂਸਲ ਕਰਵਾ ਦਵਾਂਗੇ ਆਪਣੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਉਹਨਾਂ ਨੇ ਉੱਚ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਅੱਜ ਤੱਕ ਕੋਈ ਪਰਚੇ ਦਾ ਸਾਨੂੰ ਇਹ ਵਾਪਸੀ ਨਹੀਂ ਆ ਨਹੀਂ ਦਿੱਤਾ ਹੈਗਾ ਉਹਦੇ ਸਬੰਧ ਵਿੱਚ ਸਾਰੇ ਮਸ਼ੀਨ ਮਾਲ ਇਕੱਠੇ ਹੋਏ ਆ ਹੁਣ ਅਗਲੀ ਜਿਹੜੀ ਪਾਲਿਸੀ ਸਰਕਾਰ ਦੀ ਆ ਸਰਕਾਰ ਇਹ ਕਹਿੰਦੀ ਕਿ ਮਿੱਟੀ ਫਟੋ ਪਰ ਪੱਟੋ ਪੁੱਟੋ ਕਈਆਂ ਦੇ ਨਾਲ ਮਸ਼ੀਨਾਂ ਦਾ ਨਾ ਪੁੱਟੋ ਜਿਹੜੀ ਮਸ਼ੀਨ ਇਹ ਬਣਾਈ ਹੋਈ ਮਿੱਟੀ ਵਾਸਤੇ ਹੀ ਆ ਪਰ ਕਈਆਂ ਨਾਲ ਜਿਹੜੀਆਂ ਗੱਡੀਆਂ ਜਾਂ ਟਰਾਲੀਆਂ ਕਿੱਦਾਂ ਅਸੀਂ ਭਰ ਸਕਦੇ ਆ ਸਾਨੂੰ ਉਹਦਾ ਕੋਈ ਸਰਕਾਰ ਸੋਲੂਸ਼ਨ ਦੱਸੇ ਤੇ ਸਾਡਾ ਕੰਮ ਚੱਲਦਾ ਕਰੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਗੁਰਪ੍ਰੀਤ ਜੀ ਜਦ ਦੱਸਿਆ ਤੁਸੀਂ ਵੀ ਸਰਕਾਰ ਜਿਹੜੀ ਪਾਲਿਸੀ ਆ ਉਹ ਉਦੇ ਵਿੱਚ ਉਹਨਾਂ ਨੇ ਕਈਆਂ ਨੂੰ ਪੁੱਟਣ ਨੂੰ ਕਹਿ ਦਿੱਤਾ ਖੇਤ ਜਿਹੜੇ ਜ਼ਿਮੀਂਦਾਰਾਂ ਨੇ ਪੱਤਰੇ ਕਰਨੇ ਹੁੰਦੇ ਜਾਂ ਫਿਰ ਜਿਸੇ ਕਿਸੇ ਨੂੰ ਲੋੜ ਮਿੱਟੀ ਦੀ ਉਹ ਤੁਸੀਂ ਪੁੱਟਦੇ ਜੇ ਕੀ ਉਹ ਚ ਸ਼ਰਤਾਂ ਲਾਗੂ ਕੀਤੀਆਂ ਨੇ ਕਿ ਜਾਂ ਬਿਲਕੁਲ ਸਰਕਾਰ ਨੇ ਮਨਾ ਕਰ ਦਿੱਤਾ ਨਹੀਂ ਸਾਨੂੰ ਕੋਈ ਸ਼ਰਤ ਨਹੀਂ ਸੀ ਪਹਿਲਾਂ ਦਿੱਤੀ ਜਾਂ ਤੇ ਸਰਕਾਰ ਇਹ ਅਲਾਸ ਕਰਦੀ ਕਿ ਇਹ ਕੰਮ ਬੰਦ ਕੀਤਾ ਜਾਵੇ ਪਹਿਲਾਂ ਇਹਦੀ ਹਦਾਇਤ ਆਉਂਦੀ ਸਰਕਾਰ ਵੱਲੋਂ ਇਹ ਜੱਕਦਮ ਕੁਝ ਦਿਨ ਪਹਿਲਾਂ ਹੀ ਜਿਹੜਾ ਵਾ ਇਹ ਇਹਨਾਂ ਨੇ ਅਲਾਸ ਕੀਤਾ ਵਾ ਕਿ ਅਲਾਸ ਵੀ ਨਹੀਂ ਕੀਤਾ ਮਾਈਨਿੰਗ ਡਿਪਾਰਟਮੈਂਟ ਨੇ ਇਹ ਕਹਿ ਦਿੱਤ ਕਿ ਮਸ਼ੀਨਾਂ ਬੰਦ ਕਰ ਦਿਓ ਜੇ ਕੋਈ ਮਸ਼ੀਨ ਚੱਲਦੀ ਤਾਂ ਆਪਾਂ ਉੱਤੇ ਪਰਚਾ ਦਵਾਂਗੇ ਪਹਿਲਾ ਮਾਈਨਿੰਗ ਪਾਲਿਸੀ ਕੀ ਸੀ ਕਿ ਤੁਹਾਨੂੰ ਜਿਹੜੀ ਮਿੱਟੀ ਪੁੱਟਣ ਦੀ ਕਿੰਨੇ ਫੁੱਟ ਮਿੱਟੀ ਪੁੱਟਣ ਦੀ ਇਜਾਜ਼ਤ ਸੀ ਤੇ ਕਿੰਨੇ ਕਿਚਰ ਤੋਂ ਤੁਸੀਂ ਇਹ ਕੰਮ ਕਰ ਰਹੇ ਅਸੀਂ ਤਾਂ ਕਾਫੀ 90 ਸਾਲਾਂ ਤੋਂ ਇਹ ਕੰਮ ਕਰ ਰਹੇ ਹਾਂ 2006 'ਚ ਇਹ ਕੰਮ ਚ ਸ਼ੁਰੂ ਹੋਏ ਸੀ ਪਹਿਲਾਂ ਤਾਂ 3 ਫੁੱਟ ਤੱਕ ਮਿੱਟੀ ਪੁੱਟਦੇ ਸੀ ਇਹ ਵੀ ਮੈਕਮਾ ਕਹਿੰਦਾ ਸੀ ਕਿ ਮਿੱਟੀ ਦਾ ਕੰਮ ਚਲਾਈ ਜਾਓ ਜਿਹੜੀ ਪੱਠੇ ਦੀ ਮਿੱਟੀ ਆ ਜਾਂ ਕੋਈ ਭਰਤੀ ਵਾਲੀ ਮਿੱਟੀ ਉਹ ਚੱਲ ਸਕਦੀ ਆ ਹੁਣ ਆਣ ਕੇ ਇਹਨਾਂ ਨੇ ਉਹ ਵੀ ਮਿੱਟੀ ਬੰਦ ਕਰ ਦਿੱਤੀ ਆ ਜੇ ਕੋਈ ਮਸ਼ੀਨ ਸਾਡੇ ਕੋਲ ਲਾਉਂਦੇ ਆ ਮਸ਼ੀਨ ਮਾਲਕ ਤੋਂ ਫਰਕੇ ਉੱਤੇ ਐਫ ਆਈ ਆ ਦਰਜ ਕਰ ਦਿੰਦੇ ਆ ਤੁਸੀਂ ਸੁਣਿਆ ਕਿ ਸਰਕਾਰ ਦੀ ਪਾਲਿਸੀ ਜਿਹੜੀ ਆ ਉਹ 3 ਫੁੱਟ ਮਿੱਟੀ ਪੁੱਟਣ ਦੀ ਪਰੰਤੂ ਉਹਨੂੰ ਵੀ ਮਾਈਨਿੰਗ ਵਿਭਾਗ ਨੇ ਬੰਦ ਕਰਤਾ ਸ਼ਕਤੀ ਦੇ ਨਾਲ ਜੇਸੀਬੀ ਨਹੀਂ ਵੜਨਦੇ ਰਹੇ ਖੇਤਾਂ ਦੇ ਵਿੱਚ ਸਾਡੇ ਨਾਲ ਹੋਰ ਵੀ ਮੌਜੂਦ ਨੇ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਮਲਕੀਤ ਸਿੰਘ ਬੁਟਰਾ ਹੈ ਜੀ ਮੈਂ ਵੀਰ ਜੀ ਆਪਣਾ ਸਰਕਾਰ ਨੇ ਅੱਜ ਥੋੜੇ ਦਿਨ ਪਹਿਲਾਂ ਹੀ ਆਪਾਂ ਨੂੰ ਵੀਡੀਓ ਵਿੱਚ ਔਰ ਸਾਰੀਆਂ ਸੋਸ਼ਲ ਮੀਡੀਆ ਤੇ ਦੱਸਿਆ ਆਇਆ ਹੈਗਾ ਕਿ 3 ਫੁੱਟ ਤੱਕ ਮਿੱਟੀ ਜਿਹੜੀ ਆ ਅਲਾਉਡ ਆ ਮਤਲਬ ਹਰ ਜੀਐਸਵੀ ਜੋ ਵੀ ਟਿੱਪਰ ਟਰਾਲੀਆਂ ਚਲਦੀਆਂ ਜੇ ਮਤਲਬ 3 ਫੁੱਟ ਤੱਕ ਮਿੱਟੀ ਅਸੀਂ ਵਧੀਆ ਤਰੀਕੇ ਨਾਲ ਪੁੱਟ ਸਕਦੇ ਆ ਅਗਰ 3 ਫੁੱਟ ਤੋਂ ਕੋਈ ਥੱਲੇ ਜਾਂਦਾ ਜਾਂ ਚਿੱਟੀ ਰੇਤਾ ਦਾ ਕੋਈ ਇਸਤੇਮਾਲ ਹੁੰਦਾ ਤਾਂ ਉਹਨੂੰ ਉਹਦੇ ਤੇ ਪਰਚਾ ਦਰਜ ਕੀਤਾ ਜਾਊਗਾ ਲੇਕਿਨ ਅੱਜ ਜੋ ਮਤਲਬ ਮਠੋਲੇ ਦੇ ਵਿੱਚ ਜੋ ਜੀਐਸਵੀ ਦੇ ਪਰਚਾ ਕੀਤਾ ਗਿਆ ਨਾ ਅਸੀਂ ਉਸ ਨੂੰ ਲੈ ਕੇ ਜਿਆਦਾ ਪਰੇਸ਼ਾਨ ਆ ਕਿਉਂਕਿ ਉਹ ਮਿੱਟੀ 2 ਫੁੱਟ ਤੱਕ ਪੁੱਟੀ ਗਈ ਆ ਔਰ ਉਸ ਇਨਸਾਨ ਦੀ ਪੈਲੀ ਨੂੰ ਮਤਲਬ ਪਾਣੀ ਨਹੀਂ ਸੀ ਲੱਗਦਾ ਜੇਦਾ ਕਰਕੇ ਉਹਨੇ ਸਾਈਡਾਂ ਤੋਂ ਘਟੋ-ਘਟਵੀ ਦੇ 50-50 ਫੁੱਟ ਸਾਈਡਾਂ ਛੱਡ ਕੇ ਵਿਚਕਾਇਓ ਉਹਨਾਂ ਨੇ ਮਿੱਟੀ ਪਟਵਾਈ ਹੋਈ ਆ ਸਿਰਫ ਆਪਣੀ ਜ਼ਮੀਨ ਨੂੰ ਪਾਣੀ ਲੱਗਦਾ ਕਰਨ ਵਾਸਤੇ ਲੇਕਿਨ ਮਾਈਨਿੰਗ ਵਿਭਾਗ ਨੇ ਇੱਕ ਵਾਰ ਵੀ ਉਸ ਦੇ ਮਤਲਬ ਗੌਰ ਨਹੀਂ ਕੀਤਾ ਕੁਝ ਵੀ ਨਹੀਂ ਸੋਚਿਆ ਸਿੱਧਾ ਜਾ ਕੇ ਉਹਨਾਂ ਨੇ ਸਿਰਫ ਪਰਚਾ ਹੀ ਮਤਲਬ ਬਣਾ ਦਿੱਤਾ ਜਾ ਕੇ ਪਹਿਲਾਂ ਦੇਖਣਾ ਚਾਹੀਦਾ ਸੀ ਕਾਰਵਾਈ ਕਰਨੀ ਚਾਹੀਦੀ ਸੀ ਫਿਰ ਉਹਦਾ ਪਰਚਾ ਬਣਾਉਣਾ ਚਾਹੀਦਾ ਲੇਕਿਨ ਇਹ ਸਭ ਚੀਜ਼ਾਂ ਬਿਨਾਂ ਵੇਖੇ ਤੋਂ ਸਿੱਧਾ ਪਰਚਾ ਦਰਜ ਕਰ ਦਿੱਤਾ ਅੱਜ ਬਿਲਕੁਲ ਮਸ਼ੀਨਾਂ ਉਹਨਾਂ ਨੇ ਬੰਦ ਕਰਤੀਆਂ ਕਹਿੰਦੇ ਕਿ ਤੁਸੀਂ ਕਈਆਂ ਬਾਲਟਿਆਂ ਨਾਲ ਮਿੱਟੀ ਪੁੱਟੋ ਪਰ ਮੈਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਜੇ ਐਸਸੀਆਂ ਇੰਨੇ ਨੇ ਮਹਿੰਗੇ ਸੰਦ ਲਏ ਆ 30 32 32 ਲੱਖ ਰੁਪਏ ਲੈ ਕੇ ਕਰਜ਼ੇ ਦੇ ਉੱਤੇ ਆਪਾਂ ਮਸ਼ੀਨਾਂ ਲੈ ਰਹੇ ਆ ਜੇ ਅਸੀਂ ਕਈਆਂ ਬਾਲਟਿਆਂ ਨਾਲ ਹੀ ਮਿੱਟੀਆਂ ਭਰਨੀਆਂ ਫਿਰ ਇਹਨਾਂ ਨੂੰ ਆਪਾਂ ਕਿੱਥੇ ਲੈ ਕੇ ਜਾਈਏ ਜੇ ਨਹੀਂ ਤੇ ਤੁਸੀਂ ਇਹਨਾਂ ਨੂੰ ਆਪਣੇ ਕੋਲ ਵਾਪਸ ਲੈ ਜਾਓ ਆਪਦੀਆਂ ਕਿਸ਼ਤਾਂ ਇਹਨਾਂ ਦੀਆਂ ਭਰੋ ਔਰ ਇਹਨਾਂ ਨੂੰ ਤੁਸੀਂ ਫ੍ਰੀ ਕਰਕੇ ਜਿੱਥੇ ਮਰਜੀ ਕੁਆੜ ਦੇ ਭਾਅ ਵੇਚ ਦਿਓ ਜੋ ਮਰਜੀ ਕਰ ਦਿਓ ਲੇਕਿਨ ਸਾਡੇ ਸਿਰ ਦੇ ਉੱਪਰ ਸਾਨੂੰ ਦਿਨ ਰਾਤ ਨੀਂਦ ਨਹੀਂ ਆਉਂਦੀ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਤੇ ਸਾਨੂੰ ਰੋਜ਼ਗਾਰ ਦੇਣਾ ਸੀਗਾ ਪਰ ਤੁਸੀਂ ਤੇ ਸਾਡਾ ਰੋਜ਼ਗਾਰ ਹੋਰ ਵੀ ਖੋ ਕੇ ਵਾਪਸ ਲੈ ਰਹੇ ਜੀ ਮੈਂ ਬਸ ਇਹੀ ਮੰਗ ਕਰਨੀ ਚਾਹੁੰਦਾ ਕਿ ਸਾਡੀ ਮਸ਼ੀਨਾਂ ਜਿੱਦਾਂ ਪਹਿਲਾਂ ਚੱਲਦੀਆਂ ਨੇ ਉਸੇ ਤਰ੍ਹਾਂ ਚੱਲਣ ਮਾਨ ਸਾਹਿਬ ਨੂੰ ਵੀ ਇਹੀ ਦਰਖਾਸਤ ਹੈ ਤੇ ਬੇਨਤੀ ਹੈ ਕਿ ਸਾਡਾ ਕੰਮ ਪਹਿਲਾਂ ਵਾਂਗੂ ਚੱਲਦਾ ਕਰਨ ਤੁਸੀਂ ਸੁਣਿਆ ਕਿ ਡਰਾਈਵਰਾਂ ਤੇ ਜਿਹੜਾ ਜਿਸ ਵੀ ਮਾਲਕਾਂ ਦੇ ਪਰਚੇ ਨਜਾਇਜ਼ ਹੋ ਰਹੇ ਨੇ ਉਹਨੂੰ ਲੈ ਕੇ ਅੱਜ ਵੱਡੀ ਗਿਣਤੀ ਵਿੱਚ ਜਿਹੜੇ ਇਕੱਤਰ ਹੋਏ ਨੇ ਹੋਰ ਵੀ ਸਾਡੇ ਨਾਲ ਆਗੂ ਨੇ ਕੀ ਨਾ ਵੀਜੀ ਤੁਹਾਡਾ ਸਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਰਾ ਜੀਸੀਬੀ ਵਾਲੇ ਸਰ ਜੋ ਤੁਹਾਡੇ ਸਾਹਮਣੇ ਹੋਣੇ ਨੇ ਸਾਰੇ ਇਕੱਠੇ ਹੋਏ ਜੀਸੀਬੀ ਮਾਲਕ ਸਾਰੇ ਮਾਈਨਿੰਗ ਵਿਭਾਗ ਵਾਲਿਆਂ ਨੇ ਵੀ ਸਰ ਸਾਰਾ ਕੰਮ ਬੰਦ ਕੀਤਾ ਆ ਪਹਿਲਾਂ ਵੀ ਸਾਰਾ ਕੰਮ ਚੱਲਦਾ ਰਿਹਾ ਜੀਸੀਬੀਆਂ ਚੱਲਦੇ ਰਹੀਆਂ ਟਰੈਕਟਰ ਟਰਾਲੀਆਂ ਚੱਲਦੇ ਰਹੀਆਂ ਸਾਰਿਆਂ ਨੂੰ ਨੇ ਹੱਥੇ ਕਰਕੇ ਉਹਨਾਂ ਨੇ ਬਹਾਲਿਆ ਹੋਇਆ ਨਾ ਟਰੈਕਟਰ ਟਰਾਲੀ ਚੱਲਣੀ ਨਾ ਜੀਸੀਬੀ ਚੱਲਣੀ ਪੈਲੀ ਦੇ ਵਿੱਚ ਵੜਨ ਨਹੀਂ ਦੇਣੀ ਜੀਸੀਬੀ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਸਾਰੇ ਕਾਦੇ ਵਾਸਤੇ ਬਣੀਆਂ ਜੀਸੀਬੀ ਆ ਇਹ ਕੋਈ ਕੋਠੇ ਤੇ ਚੜਾਉਣ ਵਾਸਤੇ ਥੋੜੀ ਬਣੀਆਂ ਸਾਰੇ ਜੀਸੀਬੀ ਇੰਨੇ ਅਸੀਂ ਪੈਸੇ ਦੇ ਕੇ ਇੰਨੇ ਕਰਾਏ ਤੇ ਕਰਾਏ ਤੇ ਜੋ ਵੀ ਅਸੀਂ ਕਿਸ਼ਤਾਂ ਦੇ ਰਹੇ ਆ ਸਰ ਉਹਦੇ ਵਾਸਤੇ ਜੀਸੀਬੀ ਬਣੀਆਂ ਅਸੀਂ ਮਾਈਨਿੰਗ ਵਿਭਾਗ ਵਾਲਿਆਂ ਕੋ ਗਏ ਉਹਨਾਂ ਨੇ ਕਿਹਾ ਵੀ 6 ਇੰਚ ਵੀ ਜੀਸੀਬੀ ਮਿੱਟੀ ਨਹੀਂ ਪੁੱਟ ਸਕਦੀ ਸਰੀ ਸਰ ਇਹ ਇਹ ਅਸੀਂ ਨਿਆਹ ਲੈਣਾ ਚਾਹੁੰਦੇ ਆ ਸਰਕਾਰ ਕੋਲੋਂ ਮਾਨ ਸਾਹਿਬ ਕੋਲੋਂ ਵੀ ਉਹਨਾਂ ਨੂੰ ਸਿੱਧੀ ਸਾਡੇ ਇਹ ਨਿਆਹ ਜਾਣਾ ਚਾਹੀਦਾ ਸਾਡੀ ਖਬਰ ਜਾਣੀ ਚਾਹੀਦੀ ਆ ਸਰ ਜਿਹੜੇ ਜੀਸੀਬੀ ਵਾਲੇ ਆ ਇਹ ਇਹਨਾਂ ਕੋ ਮਾਇਨੇ ਕੋ ਭਾਅ ਵਾਲਿਆਂ ਕੋ ਅਸੀਂ ਗਏ ਆ ਉਹਨਾਂ ਨੇ ਕਿਹਾ ਵੀ ਮਨਜ਼ੂਰੀ ਮਨਜ਼ੂਰੀ ਤੋਂ ਬਿਨਾ ਅਸੀਂ ਮਿੱਟੀ ਨਹੀਂ ਪੁੱਟਣ ਦੇਣੀ ਜੋ ਵੀ ਪੈਲੀ ਵਾਲੇ ਮਨਜ਼ੂਰੀ ਲੈਣ ਸਰਕਾਰੀ 1,20,000 ਰੁਪਇਆ ਫੁੱਟ ਦਾ ਕਹਿੰਦੇ ਆ ਵੀ ਪੈਲੀ ਦੀ ਮਨਜ਼ੂਰੀ ਲਓ ਉਹ ਮਿੱਟੀ ਵਾਲੇ ਜਿਨ੍ਹਾਂ ਨੇ ਮਿੱਟੀ ਵੇਚਣੀ ਉਹ ਲੈਣ ਸਾਡੇ ਵੱਲੋਂ ਸਾਡੀ ਵੱਖਰੀ ਮਨਜ਼ੂਰੀ ਆ ਸਰ ਤਰਲੀ ਲੈ ਲੈ ਕੇ ਅੱਜ ਮਿੱਟੀ ਉਹਨਾਂ ਕੋਲ ਲੈ ਰਹੇ ਆ ਅਸੀਂ ਆਪਣਾ ਕਾਰੋਬਾਰ ਚਲਾਉਣ ਵਾਸਤੇ ਉਹ ਕਿਸ ਤਰ੍ਹਾਂ ਉਹ ਕਹਿੰਦੇ ਨਹੀਂ ਮਿੱਟੀ ਮਨਜ਼ੂਰੀ ਲੈਣੀ ਅਸੀਂ ਨਹੀਂ ਮਿੱਟੀ ਵੇਚਣੀ ਅਸੀਂ ਕੀ ਕਰਾਂਗੇ ਸਾਡਾ ਤਾਂ ਕੰਮ ਬੰਦ ਹੋ ਗਿਆ ਅਸੀਂ ਕਿੱਧਰ ਜਾਵਾਂਗੇ ਅਸੀਂ ਸਰਕਾਰ ਕੋ ਮੰਗ ਕਰਨਾ ਚਾਹੁੰਦੇ ਆ ਵੀ ਜੀਸੀਬੀਆਂ ਜਿਸ ਤਰ੍ਹਾਂ ਅੱਗੇ ਕੰਮ ਚੱਲ ਰਹੀ ਉਹਦਾਂ ਹੀ ਕੰਮ ਚੱਲਣਾ ਚਾਹੀਦਾ ਜਿਸ ਤਰ੍ਹਾਂ ਵੀ ਟਰੈਕਟਰ ਟਰਾਲੀਆਂ ਚੱਲਣੀਆਂ ਚਾਹੀਦੀਆਂ ਉਸਦਾਂ ਹੀ ਚੱਲਣਾ ਚਾਹੀਦਾ ਕਿਉਂਕਿ ਸਾਨੂੰ ਕਿਸ਼ਤਾਂ ਪੈ ਰਹੀਆਂ ਅੱਜ 4-5 ਦਿਨ ਹੋ ਗਏ ਆ ਜੀਸੀਬੀਆਂ ਬੰਦ ਪਈਆਂ ਪਈਆਂ ਸਰ ਇੱਕ ਦਿਨ ਸਾਡਾ ਔਖਾ ਹੋ ਗਿਆ 5-6 ਦਿਨ ਗਾੜੀ ਵੀ ਅਸੀਂ ਕੀ ਕੰਮ ਕਰਾਂਗੇ ਆਂਦੇ ਪਹਿਲੀ ਚ ਮਨਜ਼ੂਰੀ ਤੋਂ ਬਿਨਾ ਜੀਸੀਬੀ ਨਹੀਂ ਬਣਦੇਣੀ ਔਰ ਇੱਕ 4-5 ਦਿਨ ਤੋਂ ਨਵੀਂ ਇੱਕ ਜੀਸੀਬੀ ਵਿਭਾਗ ਮਾਈਨਿੰਗ ਸੌਰੀ ਮਾਈਨਿੰਗ ਵਿਭਾਗ ਵਾਲਿਆਂ ਨੇ ਤੇ ਜੀਸੀਬੀਆਂ ਬੰਦ ਕੀਤੀਆਂ ਏਰੀਆ ਦੇ ਜੋ ਐਸਐਚਓ ਸਾਹਿਬ ਆ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਡੀਸੀ ਸਾਹਿਬ ਵੱਲੋਂ ਸਾਨੂੰ ਦਿਖਾ ਕੇ ਗਏ ਨੇ ਕਿ ਜੀਸੀਬੀ ਟਰਾਲੀਆਂ ਵਾਪਸ ਲੈ ਜੋ ਨਹੀਂ ਤੇ ਤੁਹਾਡੇ ਦੇ ਪਰਚਾ ਹੋ ਜਾਏਗਾ ਸਰ ਪੁਲਸ ਵਾਲਿਆਂ ਨੂੰ ਇਹ ਇਹ ਜਿਹੜੀ ਨਵੀਂ ਮਨਜ਼ੂਰੀ ਦਿੱਤੀ ਗਈ ਹੈ ਸਰਕਾਰ ਕੋ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਮਾਇਨਕ ਵਿਭਾਗ ਵਾਲਿਆਂ ਤੇ ਬੰਦ ਕਰਨਾ ਕਹਿੰਨਾ ਸਾਨੂੰ ਏਰੀਆ ਜੋ ਐਸਐਚਓ ਜੋ ਇੰਚਾਰਜ ਨੇ ਪੁਲਸ ਵਾਲੇ ਉਹਨਾਂ ਨੇ ਸਾਨੂੰ ਬੰਦ ਕੀਤਾ ਆ ਜਦੋਂ ਸਾਨੂੰ ਕੱਲ ਨੂੰ ਕੋਈ ਵੰਗਾਰ ਪਾਉਂਦੇ ਨੇ ਫਲਾਣੇ ਥਾਂ 10 ਟਰਾਲੀਆਂ ਲੈ ਕੇ ਜਾਓ ਜੀਸੀਬੀ ਫਲਾਣੇ ਥਾਂ ਫੇਰ ਉਹ ਉਹ ਸਾਹਿਬ ਉਹਨਾਂ ਦਾ ਆ ਕੰਮ ਵਾਲਾ ਉਦੋਂ ਦੱਸੋ ਜੀਸੀਬੀਆਂ ਇਹ ਕੰਮ ਨਹੀਂ ਕਰ ਸਕਦੀਆਂ ਉਦੋਂ ਕਿਉਂ ਜੀਸੀਬੀਆਂ ਕੰਮ ਕਰਦੀਆਂ ਨਹੀਂ ਸਰ ਅਸੀਂ ਅਸੀਂ ਬਹੁਤ ਤੰਗ ਹੋ ਗਏ ਅਸੀਂ ਆ ਮੁੱਦਾ ਉਠਾਇਆ ਸੀ ਓਕੇ ਹੋ ਗਏ ਬੈਠੇ ਹੋਏ ਆ ਅਸੀਂ ਅਸੀਂ ਕਿੱਧਰ ਜਾਈਏ ਸਾਡੇ ਡਰਾਈਵਰ ਸਾਰੇ ਓਕੇ ਹੋ ਕੇ ਬੈਠੇ ਇਹ ਨਾ ਹੋਵੇ ਸਰ ਜੇ ਸਾਡੀ ਮੰਗ ਨਾ ਹੱਲ ਹੋਈ ਜਾਂ ਸਾਡਾ ਹੱਲ ਨਾ ਆ ਸਾਨੂੰ ਕੱਲ ਨੂੰ ਸੰਘਰਸ਼ ਤੇਜ਼ ਕਰਨਾ ਪਵੇ ਸਾਨੂੰ ਸੜਕਾਂ ਤੇ ਆਉਣਾ ਪਵੇ ਹਾਂਜੀ ਕੀ ਨਾ ਜੀ ਤੁਹਾਡਾ ਹਰਜਿੰਦਰ ਸਿੰਘ ਜੀ ਇਹ ਕੀ ਮਸਲਾ ਕੀ ਹੋਇਆ ਜੀ ਸਰ ਮਸਲਾ ਕੋਈ ਨਹੀਂ ਇੱਥੇ ਮਿੱਟੀ ਪੁੱਟਣ ਡੇ ਮਠੋਲੇ ਪਿੰਡ ਦੇ ਵਿੱਚ ਤੇ ਉਹ ਆਏ ਮੈਂ ਨਗਾਲੇ ਆਏ ਉਹਨਾਂ ਨੇ ਆਣ ਕੇ ਉਹਦਾ ਕੋਈ ਨਹੀਂ ਪੁੱਛਿਆ ਸਿੱਧਾ ਪਰਚਾ ਕੀਤਾ ਤੁਹਾਡੇ ਤੋਂ ਸ਼ਿਕਾਇਤ ਹੋਈ ਹੈ ਸ਼ਾਇਦ ਕੋਈ ਕੋਈ ਕੋਲ ਵੀ ਨਹੀਂ ਹੋਈ ਦੋ ਦੋ ਫੁੱਟ ਮਿੱਟੀ ਪੁੱਟਣ ਦੇ ਅਸੀਂ ਆਉਂਦੇ ਕੋਈ ਸੋਚ ਸੱਚਾ ਉਹਨਾਂ ਨੇ ਪਰਚਾ ਕਰਕੇ ਕਰਨ ਕਰਕੇ ਸਰ ਚਲ ਗਏ ਤੇ ਹੁਣ ਇਹ ਮਸ਼ੀਨਾਂ ਚਲਣੀਆਂ ਪਹਿਲੇ ਚਲਣੀਆਂ ਕੋਈ ਸੌਰਸ ਦੱਸਣਾ ਹਾਨੂੰ ਚਲਾਉਣ ਵਾਂਗੇ ਕਿਦਾਂ ਚਲਾਉਣੀਆਂ ਅੱਗੇ ਵੀ ਨਚਰਦੀ ਚੱਲਣ ਰਹੀਆਂ ਪਰ ਆ ਪਹਿਲਾਂ ਵੀ ਹੁਣ ਵੀ ਚਲਣੀਆਂ ਚਾਹੀਦੀਆਂ ਕਿ ਕਿਦਾਂ ਚਲਣੀਆਂ ਤੁਹਾਨੂੰ ਸੰਤਾਖ ਦੇਣ ਕਿਦਾਂ ਚਲਾਉਣੀਆਂ ਨਹੀਂ ਚਲਾਉਣੀਆਂ ਕੋਈ ਦੱਸੋ ਸਰਕਾਰ ਨੇ ਤਾਂ ਮਾਈਨਿੰਗ ਪਾਲਿਸੀ ਦੇ ਵਿੱਚ ਜਿਹੜਾ ਰੇਤ ਨੂੰ ਕੱਢਣ ਦੀ ਪਾਬੰਦੀ ਲਾਈ ਆ ਨਾ ਕਿ ਮਿੱਟੀ ਪੁੱਟਣ ਨੂੰ ਖੇਤਾਂ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਵੀ ਇਹ ਜਾਣ ਬੁੱਝ ਕੇ ਜਿਹੜਾ ਵਾ ਇਹ ਖਜਲ ਖوار ਕੀਤਾ ਜਾ ਰਿਹਾ ਜੇਸੀਬੀ ਵਾਲਿਆਂ ਨੂੰ ਜਾਣ ਬੁੱਝ ਕੇ ਖਰਾਬ ਕਰਨ ਰਿਹਾ ਵੀ ਮਸ਼ੀਨ ਵਾਲਿਆਂ ਨੂੰ ਇੱਥੇ ਕਿਹੜੀ ਰੇਤਾ ਕੱਢਣ ਦੇ ਅਸੀਂ ਇਹ ਤੇ ਮਿੱਟੀ ਪੁੱਟਣ ਦੇ ਮਿੱਟੀ ਚੁੱਕ ਕੇ ਦੋ ਦੋ ਫੋਟ ਚੁੱਕਣ ਦੇ ਪੈਲੀਆਂ ਚ ਕਿਹਦੀ ਜੇ ਉੱਚੀ ਪੈਲੀ ਉਹ ਪਤਲੀ ਕਰਨ ਦੇ ਆਪਣੀ ਜਿਹੜੀ ਚੁੱਕਣ ਦੇ ਉਹ ਵੀ ਤਿੰਨ ਕਨਾਲਾਂ ਚੁੱਕਣੀਆਂ ਨੇ ਪੰਜ ਕਨਾਲਾਂ ਕਰਾ ਕੇ ਵਿੱਚੇ ਕਰਨੀ ਪੈਲੀ ਉੱਚੀ ਪਾਣੀ ਨਹੀਂ ਚੜਦਾ ਉਹਨੂੰ ਤੇ ਇਹ ਜਾਣ ਕੇ ਉਹਨਾਂ ਤੇ ਸਰਕਾਰਾਂ ਦੀ ਪਾਲਿਸੀ ਇਸਨ ਜਸਬੀ ਮਾਲਕ ਜਿਨ੍ਹਾਂ ਆਪਣੀਆਂ ਦੁੱਖ ਤਕਲੀਫਾਂ ਦਸੀਆਂ ਕਿ ਮਾਈਨਿੰਗ ਪਾਲਿਸੀ ਜਿਹੜੀ ਕਾਂਗਰਸ ਸਰਕਾਰ ਵੇਲੇ ਸੀ ਕਿ 3 ਫੁੱਟ ਮਿੱਟੀ ਕਿਸਾਨ ਜਿਹੜੇ ਉਹ ਖੇਤਾ ਜੋ ਪਟਵਾ ਸਕਦੇ ਸੀ ਪਰੰਤੂ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਤੋਂ ਪਰੰਤ ਪਾਲਿਸੀ ਹੋ ਸਕਦਾ ਉਹੋ ਹੀ ਹੋਵੇ ਪਰੰਤੂ ਸਖਤੀ ਕਰਨ ਕਰਕੇ ਜਸਬੀ ਮਾਲਕਾਂ ਨੂੰ ਤੇ ਟਰੈਕਟਰ ਟਰਾਲੀਆਂ ਵਾਲਿਆਂ ਨੂੰ ਜਿਹੜਾ ਆਪਣਾ ਰੋਜ਼ਗਾਰ ਖੋਣਾ ਪੈ ਰਿਹਾ ਜਸਬੀ ਮਾਲਕਾਂ ਤੇ ਨਜਾਇਜ਼ ਪਰਚੇ ਹੋ ਰਹੇ ਨੇ ਥਾਣਿਆਂ ਵਿੱਚ ਡਕੀਆਂ ਜਾ ਰਹੀਆਂ ਨੇ ਨਜਾਇਜ਼ ਪਰਚਾ ਵਿਆਹ ਜਿਸ ਨੂੰ ਲੈ ਕੇ ਅੱਜ ਕਾਫੀ ਰੋਸ ਜਿਹੜਾ ਪਾਇਆ ਜਾ ਰਿਹਾ ਜਸਬੀ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਪਾਲਿਸੀ ਨੂੰ ਸਪਸ਼ਟ ਕਰੇ ਜਿਹੜਾ ਸਰਕਾਰ ਵੱਲੋਂ ਸ਼ਕਤੀ ਕੀਤੀ ਗਈ ਨੂੰ ਢਿੱਲ ਦਿੱਤੀ ਜਾਵੇ ਤਾਂ ਜੋ ਜਸਬੀ ਮਾਲਕਾਂ ਦੇ ਟਰੈਕਟਰ ਟਰਾਲੀਆਂ ਦੇ ਡਰਾਈਵਰਾਂ ਦਾ ਜਿਹੜਾ ਰੁਜ਼ਗਾਰ ਚੱਲ ਸਕੇ ਤੁਸੀਂ ਦੇਖ ਰਹੇ ਹੋ ਜੀਤ ਪਬਲਿਕ ਮੈਂ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ